गिल साहब अच्छ वार्ड नंबर 3 के भगवान वाल्मीकि जी मंदिर के एक लख रुपये दिते गए थोड़े वालों भेट किए गए की कहना चाहते हैं असी जी वार्ड नंबर 3 जदों भगवान वाल्मीकि जी का प्रकाश पुरब सी असी इत्थे आए तो मत्था टेकन आए थी तो संगत ने मंग की साढ़े इत्थे जिहड़ियां टाइलां भी वो लगवाइया जा सो उदों असी अनाउंस करके गए थी भी असी 1 लख रुपये की सेवा असी पा देंगे सो अज इन्हां ने शुरू किया अज्ज टाइलां लाउणियां शुरू कीतियां तो इन्हां ने बुलाया सी कि असी अज्ज आए हैं तो इन्हां ने काम है जिहड़ा इन्हां दा शुरू हो गया और अरदास करदे परमात्मा सारा इन्हां दा सिरे चढ़ाए ਕਿੰਨਾ ਖਰਚਾ ਹੈ ਜੀ ਜੇਕਰ ਅੱਗੇ ਵੀ ਕੁਝ ਲੋੜ ਪਈ ਤਾਂ ਕਿਸੇ ਤਰ੍ਹਾਂ ਦੀ ਕਿਵੇਂ ਦਾ ਜਿਹੜਾ ਸਹਿਯੋਗ ਅਸੀਂ ਆਪਣੇ ਵੱਲੋਂ 1 ਲੱਖ ਰੁਪਇਆ ਦਿੱਤਾ ਜੀ ਬਾਕੀ ਫਿਰ ਸੰਗਤ ਹੈਗੀ ਜੀ ਇਕੱਠੇ ਕਰਕੇ ਸਲਾਹ ਦੇਣਾ ਜੀ ਸਿਰੇ ਹੋ ਜਾਏਗਾ ਜੀ ਠੀਕ ਹੈ ਸਰ ਸਮਝੀ ਤੁਸੀਂ ਕੌਂਸਲ ਸਾਹਿਬ ਤੁਹਾਡੇ ਵਾਰਡ ਦੇ ਵਿੱਚ ਭਗਵਾਨ ਸ਼੍ਰੀ ਵਾਲਮੀਕਿ ਜੀ ਦੇ ਮੰਦਿਰ ਨੂੰ ਗਿਲ ਸਾਹਿਬ ਵੱਲੋਂ 1 ਲੱਖ ਰੁਪਏ ਜਿਹੜਾ ਭੇਟ ਕੀਤਾ ਗਿਆ ਇਹ ਕੀ ਕਹਿਣਾ ਚਾਹੁੰਦੇ ਹੋ ਪਿਛਲੇ ਦਿਨੀ ਬਾਬਾ ਵਾਲਮੀਕਿ ਜੀ ਦੇ ਜਨਮ ਦਿਹਾੜੇ 'ਤੇ ਗਿਲ ਸਾਹਿਬ ਆਏ ਅਤੇ ਇੱਥੇ ਮੱਥਾ ਟੇਕਣ ਵਾਸਤੇ ਮਹੱਲਾ ਨਿਵਾਸੀਆਂ ਦੀ ਅਤੇ ਕਮੇਟੀ ਦੀ ਮੰਗ ਸੀ ਵੀ ਸਾਡੇ ਜਿਹੜੇ ਮੰਦਿਰ ਦੇ ਅੰਦਰ ਆ ਵੀ ਟਾਇਲ ਦੀ ਕਮੀ ਹੈ ਇਸ ਕਰਕੇ ਤੁਸੀਂ ਜਿਹੜੇ ਮੰਦਿਰ 'ਚ ਟਾਇਲ ਲਵਾਈ ਜਾਵੇ ਜੀ ਗਿਲ ਸਾਹਿਬ ਨੇ ਇਹਨਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਅੱਜ ਜਿਹੜਾ 1 ਲੱਖ ਰੁਪਏ ਦਾ ਅਨਾਊਂਸ ਕੀਤਾ ਉਹਦੇ ਸੰਬੰਧ 'ਚ ਇੱਥੇ ਟਾਇਲ ਲਾ ਕੇ ਮੁਹੂਰਤ ਕੀਤਾ ਗਿਆ ਅਤੇ ਅਸੀਂ ਗਿਲ ਸਾਹਿਬ ਦਾ ਅਤੇ ਸਮੂਹ ਮਹੱਲਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪਹਿਲ ਦੇ ਆਧਾਰ 'ਤੇ ਗਿਲ ਸਾਹਿਬ ਨੇ ਸਾਡੇ ਮਹੱਲੇ ਦੀ ਮੰਗ ਪੂਰੀ ਕੀਤੀ ਅੱਛਾ ਜੀ ਕਾਲਾ ਜੀ ਅੱਛਾ ਜੀ छोटे तो प्रधान साहब अज गिल साहब ने थानू थोड़े मंदिर च अज सेवा करी है थानू किदां दा महसूस हो रहा है बहुत वधिया लगे क्या सेवा करी जी इन्होंने अज लख रुपए देता क्या काम भी शुरू कराया इन्होंने काम शुरू हो गया है जी ठीक है जी तो बहुत धन्यवाद करते ठीक है